ਹਾਂਜੀ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸ਼ਿਵਾਜਪੁਰ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਬਲਜੀਤ ਸਿੰਘ ਦੇ ਕੋਲ। ਸੋ ਦੋਸਤੋ, ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ, ਬਹੁਤ ਸਾਰੇ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਏ ਆ, ਅਤੇ ਵਹਿੜਾਂ ਖਾਸ ਤੌਰ 'ਤੇ ਇਸ ਘਰੇ ਆਉਂਦੀਆਂ ਨੇ, ਵਿਕਰੀ ਵਾਲੇ ਪਸ਼ੂ ਆਉਂਦੇ ਆ, ਸੇਲ ਪਰਚੇਜ ਦਾ ਵੀਰ ਦਾ ਕੰਮ ਖਾਸ ਤੌਰ 'ਤੇ। ਅੱਜ 31 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ ਦੋਸਤੋ, ਸਮਾਂ ਤਕਰੀਬਨ ਕੋਈ ਮੋਰਨਿੰਗ 11:30 ਦਾ ਸਮਾਂ। ਪਸ਼ੂ ਜਿੰਨੇ ਦਿਖਾਉਣੇ ਆ ਸਾਰੇ ਵੈਸੇ ਗੱਭਣ ਆ, ਤਿਆਰੀ 'ਤੇ ਆ, ਸੂਣ ਦੇ ਬਿਲਕੁਲ ਨੇੜ ਆ ਵਹਿੜਾਂ। ਪੂਰੀ ਡਿਟੇਲ ਆਪਾਂ ਵੀਰ ਬਲਜੀਤ ਤੋਂ ਲੈ ਲਾਂਗੇ ਦੋਸਤੋ, ਬਾਕੀ ਟਿਪ ਕੇ ਤਸੱਲੀ ਤੁਸੀਂ ਕਰ ਸਕਦੇ ਜੇ ਘਰ ਵਿਜਿਟ ਕਰਕੇ। ਤਿੰਨੇ ਵਹਿੜਾਂ ਗੱਭਣ ਆ, ਥਣ ਭਾਂਡੇ ਦੀਆਂ ਚੰਗੀਆਂ ਨੇ, ਸਾਫ਼ ਸਫਾਈ ਆ, ਤਪਾਈ ਤਪੂਈ ਚੰਗੀ ਆ, ਪੋਲੀ ਆ, ਉਹ ਪੂਰੀ ਗੱਲਬਾਤ ਕਰ ਲੈਂਦੇ ਹਾਂ ਵੀਰ ਬਲਜੀਤ ਦੇ ਨਾਲ। ਸੋ ਬਿਲਕੁਲ ਜਿਹੜੇ ਦੋਸਤੋ ਨਾਲ ਨਾਲ ਲੱਗਦੇ ਪਿੰਡ ਹੈਗੇ ਆ ਸ਼ਿਵਾਜਪੁਰ, ਤੁਸੀਂ ਖਾਸ ਹੀ ਵਿਜਿਟ ਕਰਨੀ ਆ। ਪੀ ਐੱਚ ਭੱਠਾ ਮੇਨ ਹੈਗਾ ਜਦੋਂ ਆਪਾਂ ਬਿਲਕੁਲ ਦਿਆਲਪੁਰੇ ਨੂੰ ਆਉਂਦੇ ਹਾਂ, ਅਤੇ ਪੀ ਐੱਚ ਭੱਠੇ ਤੋਂ ਤੁਸੀਂ ਟਰਨ ਲੈ ਕੇ ਹਵੇਲੀਆਂ ਜਿਹੜੀਆਂ ਬਾਹਰ ਦੋਸਤੋ ਵੀਰ ਬਾਈਕਾਂ 'ਤੇ ਆ, ਘਰ ਨਿਵਾਸ ਹੈਗਾ ਵੀਰ ਬਲਜੀਤ ਸਿੰਘ ਹੋਣਾ ਦਾ, ਘੁਰਕਵਿੰਡ ਪਿੰਡ ਥੋੜ੍ਹੀ ਦੂਰੀ 'ਤੇ, ਸੂਰਵਿੰਡ ਪਿੰਡ, ਫਤਿਹਪੁਰ ਸੁੱਗਾ, ਲਖਣਾ ਪਿੰਡ, ਇਹ ਥੋੜ੍ਹੀ ਥੋੜ੍ਹੀ ਦੂਰੀ 'ਤੇ ਹੈਗੇ ਆ, ਠੀਕ ਆ ਜੀ। ਕੈਰੋਂ ਵੀ ਤਕਰੀਬਨ ਥੋੜ੍ਹੀ ਦੂਰੀ ਆ ਜਾਂਦੀ ਹੈ ਕੈਰੋਂ ਦੀ ਵੀ, ਅਤੇ 3 ਵਹਿੜਾਂ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਦੋਸਤੋ, ਪੂਰੀ ਗੱਲਬਾਤ ਆ ਜੋ ਕਰਦੇ ਹਾਂ ਸਾਂਝੀ। ਬਲਜੀਤ ਸਿੰਘ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ? ਹਾਂਜੀ ਵਧੀਆ ਜੀ। ਅੱਛਾ ਬਲਜੀਤ, ਪਸ਼ੂ ਵੀਰੇ ਆਉਂਦੇ ਆ ਵੇਖਦੇ ਰਹਿੰਦੇ? ਹਾਂਜੀ ਹਾਂਜੀ ਵਧੀਆ ਜੀ। ਠੀਕ ਆ ਜੀ, ਅੱਜ ਤਾਂ ਤਕਰੀਬਨ ਵਹਿੜਾਂ ਬਹੁਤ ਵੱਡੀਆਂ, ਵੇਖੋ ਇੱਧਰ ਕਾਫੀ ਵੱਡੀ ਜਾਂਦੀ ਹੈ, ਕੱਦ ਵੇਖੋ ਆਪਦੇ ਜਿਹੜੀ ਬਲਜੀਤ ਸਿੰਘ ਅੱਜ ਵਹਿੜਾ ਕੀ ਤੇਰੇ। ਹਾਂਜੀ ਫੁੱਲ ਵੱਡੀ ਹਾਈਟ ਕੱਦ ਦੀ ਹੈ। ਹਾਂਜੀ ਠੀਕ ਆ। ਅੱਛਾ ਤਿੰਨੇ ਤਾਂ ਤਿੰਨੇ ਗੱਭਣੇ ਅੱਜ? ਹਾਂਜੀ ਤਿੰਨੇ ਗੱਭਣਾ ਜੀ। ਠੀਕ ਆ ਭਰਾ। ਹਾਂਜੀ ਤੇ ਦਿਨ ਤਕਰੀਬਨ ਕੋਈ ਜ਼ਿਆਦਾ ਲੈ ਕੇ ਜਾਣ ਵਾਲੀ ਹੈਗੀ? ਨਹੀਂ ਨਹੀਂ, ਹਾਂ ਵੀਰ ਜੀ ਲੈ ਜੂਗੀ ਵੱਡੀ ਵਹਿੜ ਜਿਹੜੀ 12-13 ਦਿਨ। 12-13 ਦਿਨ? ਹਾਂਜੀ ਠੀਕ ਆ। ਐਚਐਫ ਜਿਵੇਂ ਫਾਰਮ ਵਾਲੀ ਵਹਿੜ ਹੀ ਹੈ? ਹਾਂਜੀ ਹਾਂਜੀ ਵੱਡੀ ਆ ਜੀ। ਠੀਕ ਆ ਜੀ। ਸੋ ਫੁੱਲ ਵੱਡੀ ਹਾਈਟ ਦੋਸਤੋ ਫਾਰਮ ਵਾਲੀ ਵਹਿੜ ਆ, ਠੀਕ ਆ, ਵੱਡੇ ਕੱਦ ਕੱਢਦੀ ਆ। ਤੇ ਬਲਜੀਤ ਸੂਆ ਕਿੰਨਾ ਸੂਆ ਪਈ ਐ? ਵੀਰ ਜੀ ਦੂਜਾ ਸੂਆ ਜੋ ਪਿਓਰ ਆ, ਇਹ ਨਹੀਂ ਕਿ ਤੀਜਾ ਹੋਊਗਾ। ਹਾਂ ਤਸੱਲੀ ਨਾਲ ਆਪਾਂ ਪੂਰੇ ਦਿਖਾਈਏ ਫੇਸ ਕੁਆਲਿਟੀ। ਆ ਵੇਖੋ ਜੀ ਦੂਜਾ ਸੂਆ ਹੈ ਜੀ। ਹਾਂਜੀ ਲਓ ਜੀ ਦੂਜਾ, ਅਜੇ ਹੁਣੇ ਆਈ ਆ, ਬਾਕੀ ਪੱਠੇ ਪੁੱਠੇ ਨਹੀਂ ਅਜੇ ਪਾਏ, ਹੁਣੇ ਪਾਏ ਤੁਹਾਡੇ ਸਾਹਮਣੇ। ਠੀਕ ਆ। ਹਾਂਜੀ ਦਿਨ ਹਜੇ ਕੱਢਦੀ ਕੋਈ 15? ਹਾਂਜੀ ਹਾਂਜੀ 15 ਦਿਨ ਲੈ ਜੂਗੀ। 15 ਕਾ? ਹਾਂਜੀ। ਕਿਉਂਕਿ ਪਿਛਲਾ ਰਿਕਾਰਡ ਇਹਦਾ ਪੁੱਛਿਆ ਮਗਰਲੇ ਘਰੋਂ 25-26 ਕਿਲੋ ਦਾ ਰਿਹਾ ਜੀ, 25-26 ਲੀਟਰ ਦਾ। ਹਾਂਜੀ ਠੀਕ ਆ ਜੀ। ਵੀ ਜਿੱਡੀ ਵੱਡੀ ਹਾਈਟ ਕਾਦਾਂ ਲਈ ਚਲੋ 25-26 ਲੀਟਰ ਹੈ, ਇਹਨੂੰ ਆਂਦਾ ਕੁਛ ਨਹੀਂ। ਹਾਂਜੀ 30 ਕੱਢੂਗੀ ਅਰਕੀ। ਆ ਦੇਖੋ ਜੀ ਅਜੇ ਤੇ ਲਾਈ ਪਈ ਸੁਖਣਾ। ਆ ਦੇਖੋ। ਹਾਂਜੀ ਬਾਕੀ ਥਣ ਥੁਣ ਪੂਰਾ ਜਿਹੜਾ ਦੋਸਤੋ ਲੰਬਾਈ ਦੇ ਵਿੱਚ ਲੰਬਾ ਥਣ, ਹੱਥੀ ਚਵਾਈ ਵਾਲਾ ਥਣ। ਸੋ ਹਵਾਨਾ ਲੇਵਾ ਨੋਰਮਲੀ 15 ਦਿਨਾਂ ਦੇ ਵਿੱਚ ਪੂਰਾ ਬਣਾ ਕੇ ਤਿਆਰ ਕਰੂਗੀ। ਹਜੇ ਦਿਨ ਕਾਫੀ ਪਏ ਆ, 15 ਦਿਨ ਆਈਡੀਆ ਮੰਨ ਕੇ ਤੁਸੀਂ ਕੋਈ ਵੀਰ ਸੌਦਾ ਕਰ ਸਕਦਾ, ਠੀਕ ਆ। ਬਾਕੀ ਥਣ ਲੇਵਾ ਤੁਹਾਨੂੰ ਇੱਕ ਵਾਰੀ ਸਾਰੇ ਪਾਸਿਓਂ ਜ਼ਰੂਰ ਦਿਖਾਉਂਦੇ ਹਾਂ, ਵੇਖੋ ਟਿਪ ਤੁਪ ਵਧੀਆ ਨਾ? ਬਿਲਕੁਲ ਹਾਂ ਵਧੀਆ ਜੀ। ਠੀਕ ਹੈ ਜੀ, ਖੋਲ ਕੇ ਦਿਖਾ ਦਈਏ ਬਲਜੀਤ ਸਿੰਘ। ਸੋ ਹਾਈਟ ਕੱਦ ਪੂਰਾ ਵੱਡਾ, 3 ਵਹਿੜਾਂ ਦਿਖਾਉਣੀਆਂ ਦੋਸਤੋ, 3 ਵਹਿੜਾਂ ਦੇ ਵਿੱਚੋਂ ਜੇਕਰ ਫੁੱਲ ਵੱਡੀ ਹਾਈਟ ਅਕਾਊਂਟ ਕਰਨੀ ਹੈ ਤਾਂ ਇਸ ਵਹਿੜ ਦੀ ਤੁਸੀਂ ਕਰ ਸਕਦੇ ਹੋ, ਠੀਕ ਆ। ਇੱਕ ਹੋਰ ਡੱਬੀ ਵਹਿੜ ਆ ਦੂਜੇ ਨੰਬਰ 'ਤੇ ਦਿਖਾਵਾਂਗੇ, ਉਹ ਕੋਈ ਅੱਧੀ ਕੁ ਗੇਠੇ ਇਸ ਤੋਂ ਨੀਵੀਂ ਆ, ਪਰ ਉਹ ਵੀ ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਹੋਊਗੀ ਉਸਦੀ ਵੀ। ਬਾਕੀ ਆ ਤੁਹਾਡੇ ਸਾਹਮਣੇ, ਠੀਕ ਆ ਜੀ। 15 ਦਿਨ ਹਜੇ ਪ੍ਰੋਪਰ ਤਿਆਰੀ ਕਰੂਗੀ, 15 ਦਿਨ ਬਾਕੀ ਹੈ ਜੇ ਸੂਣ ਦੇ ਵਿੱਚ। ਦੂਜਾ ਸੂਆ ਫੁੱਲ ਵੱਡੀ ਹਾਈਟ ਲੈਂਥ ਐਕਸਟਰਾ ਆਰਡਨਰੀ, ਠੀਕ ਆ। ਨੋਰਮਲੀ ਆਪਾਂ ਜਿੱਦਾਂ ਫਾਰਮ ਵਾਲੀਆਂ ਵਹਿੜਾਂ ਦੇਖਦੇ ਹਾਂ, ਆਹ ਦੇਖੋ ਜੀ ਅਜੇ ਨਾ ਥੋੜਾ ਡਰਦੀ ਆ, ਉੱਥੇ ਖੁੱਲੀ ਰਹੀ ਆ, ਰੱਸਾ ਨਹੀਂ ਪਾਇਆ ਉਹਨਾਂ ਨੇ ਇਦਾਂ ਹੀ। ਠੀਕ ਆ ਜੀ। ਆ ਫਾਰਮ ਦੇ ਵਿੱਚ ਫਿਰ ਮੋਸਟਲੀ ਖੁੱਲੇ ਰਹਿੰਦੇ ਆ ਪਸ਼ੂ। ਆ ਦੇਖੋ ਜੀ, ਠੀਕ ਆ।
ਸੋ ਹਜੇ 15 ਦਿਨ ਜਿੱਦਾਂ ਕਿ ਦੋਸਤੋ ਪਾਇਆ 15 ਦਿਨਾਂ ਦੇ ਵਿੱਚ ਪੂਰੀਆਂ ਕਮਾਲਾਂ ਕਰ ਲੂਗੀ ਵੈੜ, ਕਿਉਂਕਿ ਦਿਨਾਂ ਦੇ ਹਿਸਾਬ ਨਾਲ ਪਸ਼ੂ ਨੇ ਬੰਨਣਾ ਅਤੇ ਬਣ ਕੇ ਤਿਆਰ ਹੋਣਾ, ਠੀਕ ਆ। ਅਤੇ 15 ਦਿਨ ਪੂਰੇ ਘੱਟੋ ਘੱਟ ਬਾਕੀ ਹਜੇ ਸੂਣ ਦੇ ਵਿੱਚ। ਸੋ ਹਾਈਟ ਲੈਂਥ ਫੁੱਲ, ਬੜਾ ਫੁੱਲ ਵੱਡੀ ਐਕਸਟਰਾ ਆਰਡਨਰੀ, ਠੀਕ ਆ ਹਾਈਟ ਲੈਂਥ ਦੀ। ਅੱਛਾ ਬਲਜੀਤ, ਕਿੰਨਾ ਮੁੱਲ ਕਰੇਗਾ ਬਾਈ ਦਾ? ਮੁੱਲ ਤਾਂ ਭਾਵੇਂ ਵੀਰ ਜੀ 80-85 ਦੀ ਵੇਚ ਦੀਏ, ਹਾਂਜੀ, ਪਰ ਆਪਾਂ ਜਾਇਜ਼ ਹੀ ਜਾਇਜ਼ ਨੇ ਕਰਨਾ ਮੁੱਲ 65,000 ਦੀ ਦੇ ਦਾਂਗੇ। 65,000 ਦੀ? ਹਾਂਜੀ, ਉਹਦੇ ਵਿੱਚੋਂ 1,000 ਰੁਪਇਆ ਛੋਟ ਕਰ ਦਾਂਗੇ। ਠੀਕ ਹੈ ਜੀ, ਹਾਂਜੀ, ਵੇਚਣ ਨੂੰ ਤਾਂ ਭਾਵੇਂ 80-85 ਦੀ ਵਿਕ ਜੇ। ਬਿਲਕੁਲ ਜੀ, ਹਾਂਜੀ। ਸੁਨੀਲ, ਕੋਈ ਸ਼ੱਕ ਨਹੀਂ ਗਾ, ਤਿਆਰ ਹੋ ਗਈ ਬਹੁਤ ਵੱਡੀ ਵੈੜ ਵਾ, ਏਡੀ ਵੈੜ, ਪੂਰੀ ਤਿਆਰੀ ਤੇ ਹੋ ਗਈ, ਚਲੋ ਮੰਗਣ ਦਾ ਕੋਈ ਹਰਜ ਨਹੀਂ ਗਾ ਫਿਲਹਾਲ। ਚਲੋ ਇਹਨਾਂ ਵੀ 15 ਦਿਨ ਅੱਗੇ ਵੀ ਕਿਸੇ ਭੈਣ ਭਰਾ ਨੇ ਸਾਂਭਣੀ ਆ। ਹਾਂਜੀ ਹਾਂਜੀ, ਗਾੜੀ ਰੋਟੀ ਵਾਲੀ ਆ। ਬਿਲਕੁਲ ਜੀ, ਬਿਲਕੁਲ, ਹਾਂਜੀ। ਸੋ ਹਾਈਟ ਪੂਰੀ ਆ ਦੋਸਤੋ, ਵੱਡੇ ਕੱਦ ਕਾਠ ਦੀ ਆ, ਜਿੱਦਾਂ ਬਲਜੀਤ ਬਾਈ ਨੇ ਪਹਿਲਾਂ ਜ਼ਿਕਰ ਕੀਤਾ ਵੀ 85-80 ਹਜ਼ਾਰ ਰੁਪਇਆ ਵੀ ਵੀਰ ਮੰਗੀ ਜਾਂਦੇ ਆ ਜਿੱਥੋਂ ਵੀ ਆਪਾਂ ਦੇਖਦੇ ਹਾਂ ਕਈ ਥਾਵਾਂ ਤੋਂ, ਪਰ 65,000 ਦੀ ਅੱਜ ਜਿਹੜੀ ਇਹ ਦਿੱਤੀ ਜਾਊਗੀ। ਸੋ ਫੁੱਲ, ਬੜਾ ਫੁੱਲ ਵੱਡੀ ਹਾਈਟ, ਹਲ ਭਾਂਡਾ ਹਜੇ ਬਣਾਉਣਾ, ਤਿਆਰ ਹੋਣੀ ਹਜੇ ਵੈੜ ਕਾਫੀ, 25-30 ਲੀਟਰ ਦੀ ਮਿਲਕ ਕਪੈਸਿਟੀ ਵਾਲੀ, ਜਿੱਥੋਂ ਮਗਰੋਂ ਆਈ ਉੱਥੋਂ ਦੱਸਿਆ ਗਿਆ ਰਿਕਾਰਡ ਵੀ 25-30 ਲੀਟਰ ਦੀ ਮਿਲਕ ਕਪੈਸਿਟੀ ਵਾਲੀ ਆ, ਠੀਕ ਆ। ਸੋ ਇਹ ਹੋ ਗਈ ਦੋਸਤੋ ਪਹਿਲੇ ਨੰਬਰ 'ਤੇ ਵੈੜ, ਠੀਕ ਆ। ਅਤੇ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਉਣੀ ਆ, ਡੱਬੀ ਵੈੜ, ਇਹ ਵੀ ਬਿਲਕੁਲ HF ਬ੍ਰੀਡ ਦੇ ਵਿੱਚ। ਸੋ ਹਾਈਟ ਕੱਦ ਜਿਹੜਾ ਤੁਸੀਂ ਆਪ ਹੀ ਮੇਜਰਮੈਂਟ ਕਰ ਸਕਦੇ ਹੋ ਜੇ ਆਈਡੀਆ ਹੋ ਜੂਗਾ ਤੁਹਾਨੂੰ। ਫੁੱਲ ਵੱਡੀ ਹਾਈਟ ਆ, ਇਹ ਕੋਈ ਅੱਧੀ ਕੁ ਗਿੱਠ ਕਾ ਜੇ, ਬਿਲਕੁਲ ਘੱਟ ਹਾਈਟ ਆ, ਪਰ ਵੱਡੀਆਂ ਵੈੜਾਂ ਦੇ ਵਿੱਚ ਗਿਣਤੀ ਹੁੰਦੀ ਹੈ ਇਹਦੀ ਵੀ, ਠੀਕ ਆ। ਅੱਛਾ ਬਲਜੀਤ, ਇਹ ਸੂਆ ਕਿੰਨਵਾਂ ਸੂਰ ਹੀ ਆ? ਇਹਦਾ ਵੀਰ ਜੀ ਦੂਜਾ ਆਉਂਦੇ ਆ, ਆਪਾਂ ਤੀਜਾ ਕਰਕੇ ਲਈ ਆ। ਅੱਛਾ ਜੀ, ਹਾਂਜੀ, ਅੱਗੋਂ ਮਗਰਲੇ ਘਰ ਵਾਲੇ ਆਉਂਦੇ ਸੀ ਦੂਜਾ, ਉਹ ਦੂਜਾ ਆਉਂਦੇ, ਬਾਕੀ ਆਪਾਂ ਤੀਜਾ ਕਰਕੇ ਲਈ ਆ। ਠੀਕ ਆ ਜੀ, ਹਾਂਜੀ, ਇਹਦੀ ਵੀ 22-23 ਕਿਲੋ ਦੀ ਗਰੰਟੀ ਆ, ਮਤਲਬ 20 ਤੋਂ ਪਲੱਸ। ਹਾਂਜੀ ਹਾਂਜੀ, 20 ਤੋਂ ਪਲੱਸ ਹੀ ਚੱਲੂਗੀ, ਅਜੇ ਤੇ ਲਾਈ ਪਈ ਕਰਮ ਵਾਲੀ। ਹਾਂਜੀ, ਥਣ ਥਣ ਪੂਰਾ ਸਵਾਦੀ। ਹਾਂਜੀ ਹਾਂਜੀ, ਬਹੁਤ ਵਧੀਆ ਸਵਾਦੀ ਥਣ, ਹਾਂ, ਪੂਰਾ ਆਰਡਰ ਵੀ ਜਿਹੜਾ ਦੋਸਤੋ ਪੂਰੀ ਖਬਰਦਾਰ ਹੈ। ਹਾਂਜੀ ਹਾਂਜੀ, ਤੇ ਗਿੱਠਕ ਨੀਵੀਂ ਆ ਜਿਹੜੀ ਪਹਿਲੀ ਵੈੜ ਆ, ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤੋ, ਇੱਕ ਅਕਾਊਂਟ ਹੋ ਜੂ, ਇੱਕ ਆਈਡੀਆ ਹੋ ਜੂਗਾ ਤੁਹਾਨੂੰ, ਪਰ ਵੱਡੀਆਂ ਵੈੜਾਂ ਦੇ ਵਿੱਚ ਇਹਦੀ ਗਿਣਤੀ ਹੁੰਦੀ ਹੈ ਜਿਹੜੀ ਦੂਜੇ ਨੰਬਰ 'ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਦੂਜਾ ਸੂਬਾ ਕਿਹਾ ਗਿਆ ਸੀ, ਪਰ ਤੀਜਾ ਸੂਬਾ ਅੱਗੋਂ ਮੰਨ ਕੇ ਕੋਈ ਵੀਰ ਸੌਦਾ ਕਰੇ, ਠੀਕ ਆ। HF ਬ੍ਰੀਡ, ਅਤੇ ਤਿਆਰੀ ਤਕਰੀਬਨ ਲੈ ਜੂ 5-4 ਦਿਨ, ਹਫ਼ਤਾ ਕੋਈ? 8 ਦਿਨ ਲੈ ਜੂਗੀ ਵੀਰ ਜੀ, ਅਜੇ ਹਫ਼ਤਾ ਖਾ, ਅਜੇ ਤਾਂ ਲਾਈ ਪਈ ਆ, ਵੱਧ ਵੀ ਖੜ ਸਕਦੀ ਆ। ਲਓ ਜੀ, ਹਾਂਜੀ, ਸੋ ਵੱਧ ਵੀ ਵੀਰ ਕਹਿੰਦਾ ਵੀ ਦਿਨ ਲੈ ਕੇ ਜਾ ਸਕਦੀ, ਹਫ਼ਤੇ ਦੇ ਕੋਈ 2 ਦਿਨ ਅੰਦਰ ਬਾਹਰ ਵੀ ਹੋ ਸਕਦੀ ਹੈ, ਬਾਹਰ ਬਾਹਰ ਵੀ ਹੋ ਸਕਦੀ ਆ। ਬਾਕੀ ਤੋਰ ਕੇ ਦਿਖਾ ਦਈਏ, ਬਲਜੀਤ ਸਿੰਘ ਲੰਮੀ ਤੋਰ ਦਿਆ ਜੀ, ਆਹ ਦੇਖੋ, ਠੀਕ ਆ। ਤੇ ਪੰਤਾ ਬਲਜੀਤ ਸਿੰਘ ਸ਼ਹਿਦ ਆਉਂਦਾ? ਹਾਂਜੀ ਸ਼ਹਿਦ ਆਉਂਦਾ ਅਜੇ ਜੀ, ਸ਼ਹਿਦ ਹੀ ਆਉਂਦਾ। ਹਾਂਜੀ ਹਾਂਜੀ, ਠੀਕ ਹੈ। ਬਾਕੀ ਫੇਸ ਤੋਂ ਤੇ ਲੱਗਦੀ ਜਿਵੇਂ ਦੂਜੇ ਹੀ ਹੁੰਦੀ ਆ। ਹਾਂਜੀ, ਆ ਫੇਸ ਤੋਂ ਦੂਜੇ ਸੂਏ 'ਚ ਵੀ ਪੈਂਦੀ ਆ, ਪਰ ਚਲੋ ਤੀਜਾ ਸੂਆ ਵੀ ਕੋਈ ਮੰਨ ਕੇ ਸੌਦਾ ਕਰ ਲਈ। ਸੋ ਵਧੀਆ ਵੈੜ ਆ ਦੋਸਤੋ, ਠੀਕ ਆ, ਪੂਰੀ, ਠੀਕ ਆ, ਸਬਰ ਵਾਲੀ ਆ, ਜਿੰਨੇ ਵੀ ਆ ਫੇਸ ਕੁਆਲਿਟੀ ਚੰਗੀ ਆ। ਛੋਟਾ ਜਿਹਾ ਕਾਨਾ ਵੇਖ ਸਕਦੇ ਹੋ, ਬੂਥੀ ਤੋਂ ਵੀ ਵੇਖੋਗੇ ਤੁਸੀਂ, ਅਤੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਵੀ ਦੂਜੇ ਸੂਬੇ ਦੇ ਵਿੱਚ ਵੀ ਜਿਹੜੀ ਬੂਥੀ ਪੈਂਦੀ ਹੈ ਪਤਲਾ ਜਿਹਾ ਫੇਸ, ਪਰ ਤੀਜਾ ਸੂਬਾ ਮੰਨ ਕੇ ਕੋਈ ਵੀਰ ਸੌਦਾ ਕਰ ਲਿਆ, ਠੀਕ ਆ। ਇੱਕੋ ਜਿਹੇ ਥਾਂ ਆ, ਬਾਕੀ ਤੁਹਾਨੂੰ ਸੱਜੇ ਖੱਬੇ ਮੈਂ ਇੱਕ ਵਾਰੀ ਜ਼ਰੂਰ ਦਿਖਾ ਦਈਏ, ਐਂ ਲਓ, ਠੀਕ ਆ। ਅਤੇ ਤਿਆਰੀ ਤਾਂ ਯਾਰ ਤਕਰੀਬਨ ਕੋਈ 5-6 ਦਿਨ ਜਿਹੜਾ ਦੋਸਤੋ ਲੈ ਕੇ ਆਉਂਦੇ ਜਾਂਦੇ ਵਿੱਚ ਹੀ 2-4 ਦਿਨ 5 ਇੱਧਰ ਉੱਧਰ ਨਿਕਲ ਜਾਂਦੇ ਆ, ਹੈ ਪ੍ਰੋਪਰ ਵੈਸੇ ਤਿਆਰੀ ਦੇ 5-6 ਦਿਨ, 5-6 ਦਿਨ ਵੀ ਲੈ ਕੇ ਜਾ ਸਕਦੀ ਹੈ ਵੈਸੇ, ਸਮਾਂ ਹਫ਼ਤੇ ਦੇ ਅੰਦਰ ਬਾਰ ਬਾਰ ਬਾਰ। ਅਤੇ ਬਲਜੀਤ ਇਹਦਾ ਕੀ ਕਰੇਗਾ ਮੁੱਲ? ਇਹਦਾ ਮੁੱਲ ਵੀਰ ਜੀ ਜਾਇਜ਼ ਜੀ, ਹਾਂ, 62,000 ਦੀ ਦੇ ਦਾਂਗੇ। 62,000? ਹਾਂਜੀ, ਠੀਕ ਹੈ ਜੀ।
ਵੀ ਹਾਂ ਨਾਲ ਰੇਡੀਓ ਦੀ ਜਿਆਦਾ ਗੁੰਜਾਇਸ਼ ਨਹੀਂ ਨਹੀਂ ਗੁੰਜਾਇਸ਼ ਨਹੀਂ ਹੈਗੀ ਵੀਰ ਜੀ, ਆਪਾਂ ਜਾਇਜ਼ ਹੀ ਕੀਤਾ ਕੰਮ। ਠੀਕ ਹੈ ਜੀ, ਹਾਂਜੀ। ਲਓ ਜੀ 62,000 ਦੀ ਤੁਹਾਨੂੰ ਇਹ ਅਵਾਰਡ ਮਿਲ ਜੂਗੀ ਦੋਸਤੋ, ਠੀਕ ਹੈ। ਕੋਈ ਜ਼ਿਆਦਾ ਮਾਰਜਨ ਨਹੀਂ ਹੈਗਾ, ਕੋਈ 70 ਨਹੀਂ ਮੰਗਿਆ, 75 ਨਹੀਂ ਗਾ, ਆਪਾਂ ਵੀ ਦੀ ਜਾਇਜ਼ ਹੀ ਕਰਨੇ ਰੇਟ ਕੇ ਆਪਾਂ ਕਿਤੇ। ਬਿਲਕੁਲ ਹਾਂਜੀ, ਬਾਕੀ ਬੇੜਾ ਪਸ਼ੂਆਂ ਦੇ ਹਿਸਾਬ ਨਾਲ ਹੀ ਚੀਜ਼ ਮੁੱਲ ਕੀਤੀ ਜਾਂਦੀ ਆ ਰਹਿਣ ਇਹ। ਸਹੀ ਹੈ, ਸਹੀ। ਹਾਂਜੀ, ਲਓ ਜੀ ਗਾੜੀ ਵੀ ਰੋਟੀ ਦਵੇ। ਹਾਂਜੀ, ਸੋ 62,000 ਦੇ ਵਿੱਚ ਦੋਸਤੋ ਇਹ ਅਵਾਰਡ ਤੁਹਾਨੂੰ ਮਿਲ ਜੂਗੀ। ਥਣ ਭਾਂਡਾ ਤੁਹਾਨੂੰ ਤਸੱਲੀ ਨਾਲ ਦਿਖਾਤਾ, ਥਣ ਥੁਣ ਪੂਰਾ ਸਵਾਦੀ ਆ, ਕੋਈ ਛੋਟਾ ਜਿਹਾ ਥਣ ਨਹੀਂ। ਵਹਿੜਾਂ ਦੇ ਵਿੱਚ ਕਹਿਮ ਜਿਹੜੀ ਚੀਜ਼ ਹੁੰਦੀ ਹੈ ਵੀ ਥਣ ਦੀ ਪ੍ਰੋਬਲਮ, ਥਣ ਨਹੀਂ ਛੋਟਾ ਹੋਣਾ ਚਾਹੀਦਾ, ਬਾਕੀ ਥਣ ਪੂਰਾ ਹੱਥੀ ਚਬਾਈ ਵਾਲਾ, ਮੁੱਠੀ ਵਾਲਾ, ਜਿੰਨਾ ਲੇਵਾ ਦੁੱਧ ਵਾਲਾ ਲੇਵਾ, ਨਿੱਗਰ ਆ, ਕੋਈ ਭਾਲ ਸਾਰਾ ਜੇ ਭਰਨਾ ਵੇਖੋ ਜੀ, ਕਿਸੇ ਭਲਾ ਭੁਲਾ ਦੇ ਵਿੱਚ ਨਹੀਂ ਹੈਗੀ, ਜੇ ਨੋਰਮਲ ਕੋਈ ਭਾਲ ਨਹੀਂ, ਮਾਸਾ ਕੋਈ ਨਿੱਗਰ ਲੇਵਾ। ਹਾਂਜੀ, ਆ ਦੇਖੋ, ਠੀਕ ਹੈ ਜੀ, 62,000 ਦੀ। ਹਾਂ 62,000 ਦੀ, ਹਾਂ ਨਾ। ਠੀਕ ਹੈ ਬਲਜੀਤ ਸਿੰਘ, ਹਾਂਜੀ ਆ ਜਾਓ। ਇੱਕ ਦੋਸਤੋ ਹੋਰ ਤੁਹਾਨੂੰ ਬਿਲਕੁਲ ਬਲੈਕ ਰੰਗ ਦੇ ਵਿੱਚ ਬੈਠ ਦਿਖਾ ਦਿੰਦੇ ਆ, ਤਕਰੀਬਨ ਆਲਮੋਸਟ ਇਹਦੀ ਵੀ ਕੰਪਲੀਟ ਹੀ ਹੈ ਤਿਆਰੀ, ਠੀਕ ਹੈ। ਤੇ ਬਲਜੀਤ ਇਹ ਸੂਆ ਕਿੰਨਾ ਸੁਣਦੀ ਬਈ? ਇਹਦਾ ਵੀਰ ਜੀ ਸੂਆ ਤੀਜਾ ਜੋ ਤੀਜੇ ਆ। ਹਾਂਜੀ, ਲੈਂਦੀ ਦਿਨ ਜੀ, ਇਹ ਦਿਨ 2-4 ਹੀ ਲਊਗੀ। ਅੱਛਾ ਜੀ, ਹਾਂਜੀ 4 ਕੁ ਦਿਨ ਲਊਗੀ। ਲੈ ਗਏ ਜੀ 4 ਕੁ ਦਿਨ, ਤੇ ਸੂਆ ਵੀ ਤੀਜਾ ਹੀ ਹੈ। ਹਾਂਜੀ, ਸੂਆ ਵੀ ਤੀਜਾ। ਲਓ ਜੀ ਤੀਜਾ ਸੂਆ ਦੋਸਤੋ, ਤੁਸੀਂ ਮੰਨ ਕੇ ਸੌਦਾ ਕਰ ਲਿਓ, ਕੋਈ 2-4 ਦਿਨ 4 ਕੁ ਦਿਨ। ਆਪਾਂ ਪਿਛਲੀ ਵੀਡੀਓ 'ਚ ਪਾਈ, ਉਦੋਂ ਥੋੜ੍ਹੀ ਜਿਹੀ ਕੱਚੀ, ਪਿਛਲੀ ਵੀਡੀਓ 'ਚ ਪਾਈ ਸੀ। ਹਾਂਜੀ ਹਾਂਜੀ, ਉਦੋਂ ਕੱਚੀ ਸੀ, ਦਿਨ ਲੈਂਦੀ ਸੀ। ਹਾਂਜੀ ਹਾਂਜੀ, ਹੁਣ ਤਾਂ ਬਸ ਤਿਆਰੀ ਆ। ਇੱਕ ਦੋਸਤੋ ਭੈਣ ਭਰਾਵਾਂ ਨੂੰ ਹੁੰਦਾ ਵੀ ਯਾਰ ਪਸ਼ੂ ਜਾਂ ਤਾਂ ਸੋਇਆ ਲੈ ਗਏ ਜਾਂ ਬਿਲਕੁਲ ਤਿਆਰੀ ਦੇ ਪਸ਼ੂ ਹੋਵੇ। ਹਾਂਜੀ ਹਾਂਜੀ, ਸੋ 2-4 ਦਿਨ 4 ਦਿਨ ਹਜੇ ਕੱਢਦੀ ਆ, 4 ਦਿਨ ਲੈ ਜੇ, 3 ਦਿਨ ਲੈ ਜੇ, 5 ਦਿਨ ਲੈ ਜੇ, ਢਿੱਲ ਹੈਗੀ ਆ ਵਾ ਹਜੇ ਲੇਵੇ ਦੇ ਵਿੱਚ, ਬਾਕੀ ਆਰਡਰ ਸੋਹਣਾ ਬਣਾਈ ਖੜੀ ਆ। ਅੱਜ ਦੇ ਟਾਈਮ ਆਪਾਂ ਵੇਖੀਏ ਤਾਂ ਆਰਡਰ ਸੋਹਣਾ ਬਣਾਇਆ। ਪਿਛਲੀ ਇੱਕ ਵੀਡੀਓ ਪਾਈ ਸੀ, ਉਹਦੇ ਵਿੱਚ ਆਪਾਂ ਤੁਹਾਨੂੰ ਇਹ ਦਿਖਾਈ ਸੀ, ਉਦੋਂ ਇੱਕ ਨੋਰਮਲੀ ਲਾਹੇ ਪਈ ਸੀ ਅਤੇ ਵਿਖਾਲਾ ਨਹੀਂ ਸੀ ਇੰਨਾ ਸ਼ੋਅ ਕਰਦੀ, ਠੀਕ ਆ। ਪਰ ਅੱਜ ਜਿਹੜਾ ਵਿਖਾਲਾ ਪ੍ਰੋਪਰ ਤੁਸੀਂ ਆ ਵੇਖ ਸਕਦੇ ਜੇ, ਠੀਕ ਆ। ਬਾਕੀ ਬੂਥੀ ਬਾਥੀ ਤੋਂ ਆਹ ਦੇਖੋ, ਠੀਕ ਆ, ਆ ਤੋਰ ਲਈਏ ਜੀ। ਵੈੜ ਚੰਗੀ ਆ, ਠੀਕ ਆ। ਕਿਸੇ ਘਰੇਲੂ ਵੀਰ ਨੇ ਘਰ ਰੱਖਣੀ ਆ, ਉਹਦੇ ਲਈ ਵੀ ਸਪੈਸ਼ਲ ਚੀਜ਼ ਆ। ਅਤੇ ਇੱਕ ਥੋੜ੍ਹੀ ਕਰੋਸਪਨ ਦੇ ਵਿੱਚ ਆ ਜਾਂਦੀ ਆ, ਠੀਕ ਆ ਜੀ, ਕਰੋਸਪਨ ਦੇ ਵਿੱਚ ਆ ਜਾਂਦੀ। ਇੱਕ ਦੁੱਧ ਦੀ ਫੈਟ ਫੂਡ ਵਗੈਰਾ ਵੀ ਜਿਹੜੇ ਵੀਰ ਚੰਗੀ ਭਾਲਦੇ ਆ ਡੇਰੀ ਡੂਰੀ 'ਤੇ ਪਾਉਣਾ, ਉਹਨਾਂ ਲਈ ਵੀ ਬੈਸਟ ਆ। ਬਾਕੀ ਥਾਣ ਪ੍ਰੋਪਰ ਚਾਰੇ ਥਾਣ ਇੱਕੋ ਸਹਿਜ, ਠੰਡੀ ਸੀਲ ਆ ਲਓ, ਠੀਕ ਆ। ਬਲਜੀਤ ਕਿੰਨਾ ਮੁੱਲ ਇਹਦਾ? ਇਹਦਾ ਮੁੱਲ ਵੀਰ ਜੀ ਜਾਇਜ਼ ਜੀ 42,000 ਦੀ ਦੇ ਦਾਂਗੇ। 42 ਦੀ? ਹਾਂਜੀ, ਉਹਦੇ ਵਿੱਚੋਂ 500 ਰੁਪਏ ਛੋਟ ਕਰ ਦਾਂਗੇ। 41,500 ਦੀ? ਹਾਂਜੀ, ਠੀਕ ਹੈ ਜੀ, 41,500 ਦੀ ਦੋਸਤੋ ਜਿਹੜੀ ਹੋ ਜੂਗੀ, ਠੀਕ ਆ। ਬਾਕੀ ਜਿੰਨੀ ਵੀ ਆ ਸੰਭੀ ਆ ਪੂਰੀ ਤਿਆਰੀ ਤੇ ਆ। ਹਾਂਜੀ, ਅੱਗੇ ਕਿਸੇ ਵੀਰ ਨੇ ਕੋਈ 18 ਕਿਲੋ ਦੁੱਧ ਕੱਢਦੀ ਰਹੀ ਆ, ਠੀਕ ਆ। ਮੁਨਾਫਾ ਕੱਢਣਾ ਉਹ ਵੀ ਤੁਹਾਡੀ ਆਪਦੀ ਸਮਝ ਆ, ਜਿਹੜਾ ਵੀਰ ਕੋਈ ਅੱਗੇ ਮੁਨਾਫੇ ਤੇ ਵੀ ਸੇਲ ਕਰਨੀ ਚਾਹੁੰਦਾ ਉਹ ਵੀ ਲੈ ਕੇ ਜਾ ਸਕਦਾ, ਘਰੇਲੂ ਵੀਰ ਨੇ ਖਰੀਦਣੀ ਆ ਉਹ ਵੀ ਤੁਸੀਂ ਇਹਨੂੰ ਹੱਥ ਪਾ ਸਕਦੇ ਜੇ। ਤੇ ਪਣ ਤੋਂ ਪਣ ਚੌਂ ਥਣ ਬਲਜੀਤ, ਤਿੰਨੇ ਪਸ਼ੂਆਂ ਦੀ ਚੌਂ ਥਣਾਂ ਦੀ ਤਸੱਲੀ ਆ ਪੂਰੀ, ਤਸੱਲੀ ਆਪਣੀ ਜੀ, ਆਪਾਂ ਤਸੱਲੀ ਕਰਕੇ ਲਿਆਂਦੀ ਆ ਆਪਣੇ ਘਰੇ ਆਣ ਕੇ ਤਸੱਲੀ ਕਰੇ ਰਹੀ ਜਣਾ। ਬਿਲਕੁਲ ਜੀ, ਹਾਂਜੀ, ਚਲੋ ਤੁਸੀਂ ਵੀ ਆਪਦੀ, ਕਿਉਂਕਿ ਤਸੱਲੀ ਕਰਕੇ ਪਸ਼ੂ ਲਿਆਂਦਾ ਹੁੰਦਾ ਇੱਥੇ। ਹਾਂਜੀ, ਅੱਗੇ ਕੋਈ ਆਵੇ ਆਪਦੀ ਤਸੱਲੀ। ਹਾਂਜੀ, ਤੇ ਬਲਜੀਤ ਬੋਲ ਗਿਆ ਨੰਬਰ? ਨੰਬਰ ਹੈਗਾ ਵੀ ਜੀ 73,407,42,212। ਠੀਕ ਹੈ ਜੀ, ਹਾਂਜੀ। ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਤਿੰਨੇ ਪਸ਼ੂ ਦਿਖਾਉਣੇ ਸੀ, ਤਿੰਨੇ ਗੱਭਣ, ਤਿਆਰੀ ਤੇ ਆਲਮੋਸਟ ਤਕਰੀਬਨ ਕੋਈ ਇੱਕ ਵੈੜ ਵੱਡੀ ਆ ਪੂਰੀ, ਉਹ ਹਜੇ ਬੰਨੀ ਬੁੰਨੀ ਕਾਫੀ ਹੈ, 10 ਤੋਂ 15 ਕੁ ਦਿਨ ਆਈਡੀਆ ਮੰਨ ਕੇ ਸੌਦਾ ਕਰ ਸਕਦੇ ਹੋ। ਬਾਕੀ ਦੋਵੇਂ ਵੈੜਾਂ ਜਿਹੜੀਆਂ ਕੋਈ 5-5, 4-4 ਦਿਨ ਹਫ਼ਤੇ ਖੰਡ ਦਾ ਬਿਲਕੁਲ ਅੰਦਰ ਬਾਰ ਸਮਾਂ ਕੱਢਦੀਆਂ ਨੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।